ਅੱਜ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਸਾਡੇ ਪ੍ਰਧਾਨ ਮੰਤਰੀ ਸਾਹਿਬ, ਉਹਨਾਂ ਦੀ ਟੀਮ ਦਾ, ਉਹਨਾਂ ਦੇ ਪਰਿਵਾਰ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ, ਉਹਨਾਂ ਦਾ ਮੈਂ ਧੰਨਵਾਦ ਕਰਦਾ। ਔਰ ਕੱਲ੍ਹ ਦਿੱਲੀ ਦੇ ਵਿੱਚ ਜਿਹੜਾ ਰਾਸ਼ਟਰੀ ਦਫ਼ਤਰ ਹੈ ਉਹਦੇ ਵਿੱਚ ਕੱਲ੍ਹ ਵਿਧੀ ਪੂਰਵਕ ਜਿਹੜੀ ਜੁਆਇਨਿੰਗ ਹੋਈ ਹੈ, ਬੜਾ ਸਤਿਕਾਰ, ਬੜਾ ਪਿਆਰ ਹੈ ਜਿਹੜਾ ਲੀਡਰ ਸਾਹਿਬਾਨਾਂ ਵੱਲੋਂ, ਬੜਾ ਇੱਜ਼ਤਮਾਨ ਉੱਥੇ ਬੜਾ ਮਿਲਿਆ। ਤਾਂ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਜਲੰਧਰ ਨਿਵਾਸੀਆਂ ਦੀ ਜਿਹੜੀ ਆਸ ਸੀ ਕਿ ਜਲੰਧਰ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਹੋਣਗੇ, ਜਲੰਧਰ ਦੇ ਰੁਕੇ ਮਸਲੇ ਹੱਲ ਹੋਣਗੇ, ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਜਲੰਧਰ ਦੇ ਲੋਕਾਂ ਦੀ ਜਿਹੜੀ ਆਸ ਹੈ ਇਸ ਗੱਲ ਦੇ ਨਾਲ ਜਾਗੀ ਹੈ। ਔਰ ਅਸੀਂ ਪੂਰੀ ਮਿਹਨਤ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਲੰਧਰ ਦੀ ਨੁਹਾਰ ਬਦਲਣ ਦੇ ਵਿੱਚ ਪੂਰਾ ਆਪਣਾ ਜਿਹੜਾ ਯੋਗਦਾਨ ਦੇਵਾਂਗੇ। ਦੇਖੀਏ, ਬਾਤ ਤੋਂ ਛੋਟੀ ਸੀ ਹੈ ਕਿ ਅਗਰ ਕਿਸੀ ਪਾਰਟੀ ਕਾ ਰਾਸ਼ਟਰੀ ਨੇਤਾ ਕਿਸੀ ਸ਼ਹਿਰ ਮੇਂ ਜਾ ਕੇ ਲੋਗੋਂ ਕੇ ਸਾਥ ਯੇ ਵਾਇਦਾ ਕਰਤਾ ਹੈ ਕਿ ਜਲੰਧਰ ਮੇਂ ਹਮ ਮਾਡਲ ਟਾਊਨ ਮੇਂ ਜਲੰਧਰ ਕੇ ਨਕੋਦਰ ਰੋਡ ਪੇ ਲਗੇ ਹੋਏ ਕੂੜੇ ਕੇ ਢੇਰ ਹਮ ਉਠਵਾ ਦੇਂਗੇ, ਆਪ ਹਮਾਰਾ ਏਕ ਬਾਰ ਲੋਕ ਸਭਾ ਮੇਂ ਹਮਾਰਾ ਮੈਂਬਰ ਪਾਰਲੀਮੈਂਟ ਜੋ ਜਿਤਾ ਕੇ ਭੇਜੋ। ਅਗਰ ਰਾਸ਼ਟਰੀ ਨੇਤਾ ਕੇ ਕੀਏ ਹੋਏ ਵਾਇਦੇ ਜਲੰਧਰ ਕੇ ਲੋਗੋਂ ਕੇ ਸਾਥ, ਅਗਰ ਮੈਂ ਸਭੀ ਮੀਡੀਆ ਵਾਲੋਂ ਸੇ ਜੇ ਦਰਖਵਾਸਤ ਕਰਤਾ ਹੂੰ ਕਿ ਅਗਰ ਆਪਕੀ ਟੀਮੇ ਜਲੰਧਰ ਮੇਂ ਹੈ ਤੋ ਅਭੀ ਮਾਡਲ ਟਾਊਨ ਕਾ ਜੋ ਸ਼ਮਸ਼ਾਨ ਘਾਟ ਹੈ ਵਹਾਂ ਆਪਣੀ ਟੀਮ ਅਭੀ ਤੁਰੰਤ ਭੇਜ ਕੇ ਦੇਖ ਲੀਜੀਏ। ਜਲੰਧਰ ਕੇ ਨਕੋਦਰ ਰੋਡ ਖਾਲਸਾ ਸਕੂਲ ਕੇ ਬਾਹਰ ਅਭੀ ਆਪ ਤੁਰੰਤ ਆਪਣੀ ਟੀਮ ਭੇਜ ਕੇ ਦੇਖ ਲੀਜੀਏ ਕਿ ਜਿਸ ਪਾਰਟੀ ਕੇ ਰਾਸ਼ਟਰੀ ਨੇਤਾ ਦੁਆਰਾ ਇੱਕ ਮਹਿਜ਼ ਛੋਟਾ ਸਾ ਵਾਇਦਾ ਕੂੜਾ ਉਠਾਣੇ ਕਾ ਜਲੰਧਰ ਕੇ ਲੋਗੋਂ ਕੇ ਸਾਥ ਕੀਆ ਹੋ, ਅਗਰ ਵੋ ਵਾਇਦਾ ਪੂਰਾ ਹੋ ਗਿਆ ਹੈ ਤੋ ਮੈਂ ਇਹ ਸਮਝੂੰਗਾ ਕਿ ਜੋ ਜਲੰਧਰ ਕੇ ਲੋਗੋਂ ਕੀ ਸੋਚ ਥੀ, ਜਿਸ ਸੋਚ ਸੇ ਲੋਗੋਂ ਨੇ ਹਮੇ ਵੋਟੇਂ ਡਾਲੀ, ਬਾਈ ਇਲੈਕਸ਼ਨ ਮੇਂ ਹਮੇ ਜਿਤਾਇਆ, ਤੋ ਉਨਕੀ ਸੋਚ ਪੂਰੀ ਹੋਗੀ। ਜੇ ਤੋ ਮੈਨੇ ਇੱਕ ਛੋਟਾ ਸਾ ਐਗਜ਼ੈਂਪਲ ਬਤਾਇਆ, ਅਭੀ ਚੁਣਾਵੀ ਵਾਇਦੇ ਤੋ ਬਹੁਤ ਬੜਾ ਪਿਟਾਰਾ ਹੈ ਜੋ ਜਲੰਧਰ ਮੇਂ ਕੀਏ ਗਏ ਥੇ, ਵੋ ਵਨ ਬਾਈ ਵਨ ਸਭ ਕੋ ਬਤਾਏਂਗੇ। ਅਗਰ ਛੋਟਾ ਸਾ ਕਾਮ ਰਾਸ਼ਟਰੀ ਨੇਤਾ ਕੇ ਕਹਿਣੇ ਕੇ ਉੱਪਰ ਪੰਜਾਬ ਕੀ ਸਰਕਾਰ ਨਹੀਂ ਕਰ ਸਕਤੀ, ਤੋ ਮੁਝੇ ਇਸ ਸਰਕਾਰ ਸੇ ਕੋਈ ਕਿਸੀ ਤਰ੍ਹਾਂ ਕੀ ਆਸ ਨਜ਼ਰ ਨਹੀਂ ਆਤੀ ਕਿ ਕੋਈ ਕਾਮ ਹੋ। ਦੇਖੀਏ, ਜਲੰਧਰ ਕੇ ਲੋਗੋਂ ਕੋ ਆਸ ਬਣੀ ਕਿ ਜਬ ਜਲੰਧਰ ਕੀ ਬਾਈ ਚੋਣ ਜਿੱਤੀ ਗਈ ਤਾਂ ਜਲੰਧਰ ਦੇ ਲੋਕਾਂ ਦੀ ਆਸ ਬਣੀ ਕਿ ਜਦੋਂ ਜਲੰਧਰ ਦੇ ਵਿੱਚ ਲੋਕਲ ਬੋਡੀ ਮੰਤਰੀ ਹੈ ਸਰਦਾਰ ਬਲਕਾਰ ਸਿੰਘ ਜੀ ਨੂੰ ਬਣਾਇਆ ਗਿਆ, ਤਾਂ ਲੋਕਾਂ ਦੀ ਆਸ ਬਣੀ ਕਿ ਜਲੰਧਰ ਦੇ ਵਿੱਚ ਕੰਮ ਹੋਣਗੇ, ਕਿਉਂਕਿ ਜਲੰਧਰ ਦੇ ਵਿੱਚ ਦੁਆਬੇ ਦੇ ਵਿੱਚ ਕੋਈ ਮੰਤਰੀ ਨਹੀਂ ਸੀ। ਪਰ ਉਹਨਾਂ ਦੇ ਮੰਤਰੀ ਬਣਨ ਤੋਂ ਬਾਅਦ ਵੀ ਜਿਹੜੇ ਹਾਲਾਤ ਹੈ ਜਸ ਦੇ ਤਸ ਖੜੇ ਹੈ, ਜਲੰਧਰ ਦੀਆਂ ਸੜਕਾਂ ਟੁੱਟੀਆਂ, ਕੂੜੇ ਦੇ ਬੁਰੇ ਹਾਲ ਹੈ, ਮੁਹੱਲਿਆਂ ਦੇ ਵਿੱਚ ਗੰਦਾ ਪਾਣੀ ਖੜਿਆ। ਔਰ ਮੈਨੂੰ ਥੋੜ੍ਹੇ ਦਿਨ ਪਹਿਲਾਂ ਹੀ ਜਲੰਧਰ ਸੈਂਟਰਲ ਦੇ ਵਿੱਚ ਉੱਥੋਂ ਦੇ MLA ਰਮਨ ਅਰੋੜਾ ਜੀ ਦੇ ਨਾਲ ਜਾਣ ਦਾ ਮੌਕਾ ਮਿਲਿਆ ਤਾਂ ਲੋਕਾਂ ਨੇ ਬਹੁਤ ਬੁਰੀ ਹਾਲਤ ਕੀਤੀ ਉੱਥੇ। ਸਾਨੂੰ ਕੰਮ ਤਾਂ 5 ਮਿੰਟ ਦਾ ਸੀ ਪਰ ਲੋਕਾਂ ਨੂੰ ਮਨਾਉਂਦੇ ਮਨਾਉਂਦੇ ਸਾਨੂੰ 2 ਘੰਟੇ ਲੱਗ ਗਏ, ਗਲੀਆਂ ਦੇ ਵਿੱਚ ਗੰਦਾ ਪਾਣੀ ਖੜਾ। ਸਿਰਫ ਮੈਂ ਕਿਉਂਕਿ ਇਹ ਬੇਸਿਕ ਜਿਹੜੀਆਂ ਨੀਡਸ ਹੈ, ਸਾਫ਼ ਸੁਥਰਾ ਪਾਣੀ, ਸਾਫ਼ ਸੁਥਰਾ ਵਾਤਾਵਰਨ, ਚੰਗੀਆਂ ਸੜਕਾਂ, ਇਹ ਬੇਸਿਕ ਇਨਫਰਾਸਟ੍ਰਕਚਰ ਹੈ। ਅਗਰ ਪਾਰਟੀ ਵਾਇਦਾ ਕਰਨ ਤੋਂ ਬਾਅਦ ਵੀ ਇਹ ਇਨਫਰਾਸਟ੍ਰਕਚਰ ਮੁਹੱਈਆ ਨਹੀਂ ਕਰਾ ਸਕਦੀ, ਮੈਂ ਰਿਮਾਈਂਡਰ ਕਾਫ਼ੀ ਵਾਰੀ ਦੇ ਚੁੱਕਾ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਔਰ ਦਿੱਲੀ ਦੀ ਲੀਡਰਸ਼ਿਪ ਨੂੰ ਵੀ ਕਾਫ਼ੀ ਵਾਰ ਇਹ 'ਤੇ ਮਿਲ। ਚਲੋ, ਗੱਲ ਹੈ ਕਿ
ਅੱਜ ਉਹਨਾਂ ਦੇ ਘਰ ਖੁਸ਼ੀਆਂ। ਮੈਂ ਕਿਸੇ ਵੀ ਤਰ੍ਹਾਂ ਦਾ ਕੋਈ ਕਮੈਂਟ ਹੈ, ਕਿਉਂਕਿ ਹਜੇ ਚੁਣਾਵੀ ਦੰਗਲ ਲੱਗਣੇ ਆ, ਬਹੁਤ ਗੱਲਾਂ ਬਹੁਤ ਕੁਛ ਹੋਣੀਆਂ, ਇਹ ਇੱਕ ਇੱਕ ਗੱਲ ਦਾ ਜਵਾਬ ਟਕਾ ਕੇ ਦਿੱਤਾ ਜਾਊਗਾ, ਟਕਾ ਕੇ ਦਿਆਂਗੇ। ਦੇਖੀਏ, ਮੇਰਾ ਇਹ ਮੰਨਣਾ ਹੈ ਕਿ ਗੱਲਾਂ ਬਹੁਤ ਜ਼ਿਆਦਾ ਔਰ ਆਊਟਪੁੱਟ ਬਹੁਤ ਘੱਟ ਹੈ। ਜੋ ਲੋਕਾਂ ਨੂੰ ਆਸ ਸੀ, ਅੱਜ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਜਾ ਕੇ ਕਿ ਡਿਵੈਲਪਮੈਂਟ ਨੂੰ ਲੈ ਕੇ ਸੜਕਾਂ ਖਰਾਬ ਹੈ। ਜੇ ਮੈਂ ਲਾਅ ਐਂਡ ਆਰਡਰ ਦੀ ਸਥਿਤੀ ਦੀ ਗੱਲ ਕਰਾਂ, ਅੱਜ ਜਿਹੜੇ ਰੈਂਸਮ ਮੰਗਣ ਵਾਲੇ ਜਿਹੜੇ ਗੁੰਡੇ ਬਦਮਾਸ਼ ਹੈ, ਅੱਜ ਉਹਨਾਂ ਦੀ ਗਿਣਤੀ ਬਹੁਤ ਵੱਧ ਗਈ ਹੈ। ਲੋਕ ਵਪਾਰੀ ਹੈ ਜਿਹੜੇ ਅੱਜ ਡਰੇ ਹੋਏ ਆ। ਨਸ਼ੇ ਦੀ ਗੱਲ ਕਰਾਂ ਤਾਂ ਨਸ਼ੇ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਲਗਾਮ ਨਹੀਂ ਲੱਗੀ। ਅੱਜ ਨਸ਼ਾ ਉਸੇ ਤਰ੍ਹਾਂ ਗਲੀਆਂ ਮੁਹੱਲਿਆਂ ਦੇ ਵਿੱਚ ਚਿੱਟਾ ਫਲਾਣਾ ਟਿਮਕੜਾ ਜਿਹੜਾ ਵੀ ਨਸ਼ਾ ਔਰ ਉਹ ਉਸੇ ਤਰ੍ਹਾਂ ਵਿਕ ਰਿਹਾ ਹੈ। ਜੇ ਮੈਂ ਮਾਫੀਆ ਦੀ ਗੱਲ ਕਰਾਂ, ਅੱਜ ਕੇਬਲ ਮਾਫੀਆ ਉਸੇ ਤਰ੍ਹਾਂ ਕੰਮ ਕਰ ਰਿਹਾ। ਕਿ ਕੇਬਲ ਮਾਫੀਆ ਜਿਹੜਾ, ਅਗਰ ਪੰਜਾਬ ਸਰਕਾਰ ਦੀ ਨੀਅਤ ਸਾਫ਼ ਹੈ ਕਿ ਕੇਬਲ ਮਾਫੀਆ ਕੀ ਆਮ ਲੋਕਾਂ ਦੇ ਘਰ 'ਚ ਜਿਹੜੀ ਕੇਬਲ ਚੱਲਦੀ ਹੈ ਕਿ ਮਾਫੀਆ ਦੇ ਨੱਥ ਪਈ ਹੈ, ਕਿ ਲੋਕਾਂ ਨੂੰ ਸਸਤਾ ਕੇਬਲ ਨੈੱਟਵਰਕ ਮਿਲ ਰਿਹਾ, ਉਹੀ ਲੋਕ ਜਿਹੜੇ ਲੋਕ ਪਹਿਲਾਂ ਕੇਬਲ ਦਾ ਕੰਮ ਕਰਦੇ ਸੀ ਅੱਜ ਵੀ ਉਹੀ ਲੋਕ ਕੇਬਲ ਦਾ ਕੰਮ ਕਰ ਰਹੇ ਹੈ, ਕਿਤੇ ਨਾ ਕਿਤੇ ਸਰਕਾਰ ਦੀ ਇਹ 'ਚ ਮੈਨੂੰ ਮਿਲੀ ਭੁਗਤ। ਦੇਖੀਏ, ਫੋਨ ਤੋਂ ਆਤੇ ਰਹੇ, ਇਹ ਬਾਤ ਨਹੀਂ ਹੈ ਕਿ ਫੋਨ ਨਹੀਂ ਆਏ, ਸੀਨੀਅਰ ਲੀਡਰਸ਼ਿਪ ਕੇ ਕਈਓ ਕੇ ਫੋਨ ਆਏ ਹੈ, ਪਰ ਜੋ ਇੱਕ ਵਾਰ ਮਨ ਬਣ ਜਾਤਾ ਹੈ, ਜੋ ਫੈਸਲਾ ਲਿਆ ਜਾਤਾ ਹੈ, ਕਿਉਂਕਿ ਪਿਛਲੇ 15-20 ਦਿਨ ਸੇ ਲਗਾਤਾਰ ਪਾਰਟੀ ਸੇ ਹਮ ਬਾਤ ਕਰ ਰਹੇ ਥੇ, ਪਾਰਟੀ ਕੇ ਕੰਟੈਕਟ ਮੇਂ ਥੇ, ਪਰ ਕਿਸੀ ਤਰ੍ਹਾਂ ਕੀ ਵੀ ਕੋਈ ਕੰਕਲੂਟਿਵ ਜੋ ਬਾਤ ਹੈ, ਕੋਈ ਕੰਕਰੀਟ ਜੋ ਬਾਤ ਹੈ, ਉਹ ਪਾਰਟੀ ਕੀ ਤਰਫ ਸੇ ਨਹੀਂ ਹੋਈ, ਇਸੀ ਲਈ ਇਹ ਫੈਸਲਾ ਲੈਣਾ। ਮੈਨੂੰ ਨਹੀਂ ਪਤਾ ਕਿ ਪਾਰਟੀ ਨੇ ਮੈਨੂੰ ਕਿਉਂ ਘਰੋਂ ਲੈ ਕੇ ਆਏ ਸੀ। ਅਗਰ ਕੋਈ ਉਹਨਾਂ ਨੂੰ ਲੱਗਿਆ ਸੀ ਕਿ ਜਲੰਧਰ ਦੇ ਵਿੱਚ ਕੋਈ ਅਗਰ ਇਲੈਕਸ਼ਨ ਜਿੱਤ ਸਕਦਾ, ਤਾਂ ਸ਼ਾਇਦ ਉਹਨਾਂ ਨੂੰ ਲੱਗਿਆ ਕਿ ਮੈਂ ਜਿੱਤ ਸਕਦਾ, ਮੇਰੇ ਇਲਾਵਾ ਹੋਰ ਵੀ ਲੋਕ ਸਨ, ਕਿਸੇ ਹੋਰ ਨੂੰ ਵੀ ਲੜਾਇਆ ਜਾ ਸਕਦਾ ਸੀ, ਮੈਂ ਤਾਂ ਅਖੀਰ ਤੱਕ ਵੀ ਨਾ ਕੀਤੀ ਸੀ। ਪਰ ਕਿਤੇ ਨਾ ਕਿਤੇ ਜਲੰਧਰ ਦੇ ਲੋਕਾਂ ਦੇ ਵਿੱਚ ਵਿਸ਼ਵਾਸ ਕਾਇਮ ਕੀਤਾ, ਕਿਉਂਕਿ ਮੈਂ ਜਲੰਧਰ 'ਚ ਨਗਰ ਨਿਗਮ ਦੇ ਵਿੱਚ 3 ਵਾਰ ਕੌਂਸਲਰ ਦੇ ਤੌਰ 'ਤੇ ਸੇਵਾ ਕੀਤੀ ਹੈ, ਬਤੌਰ ਵਿਧਾਇਕ ਸੇਵਾ ਕੀਤੀ ਹੈ, ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵਿਸ਼ਵਾਸ ਸੀ ਔਰ ਉਸ ਵਿਸ਼ਵਾਸ ਨੂੰ ਇਹਨਾਂ ਨੇ ਕੈਸ਼ ਕੀਤਾ। ਅਗਰ ਪਾਰਟੀ ਦੀ ਪਾਪੂਲੈਰਿਟੀ ਦੀ ਗੱਲ ਕਰਾਂ, ਤਾਂ ਸਰਕਾਰ ਬੰਦਿਆਂ ਹੀ 3 ਮਹੀਨਿਆਂ ਦੇ ਵਿੱਚ ਜਿਹੜੀ ਪਾਰਟੀ ਦੀ ਆਪਣੀ, ਜਿਹੜਾ ਪਾਰਟੀ ਦਾ ਬਰੀਡਿੰਗ ਸੈਂਟਰ ਕਿਹਾ ਜਾਂਦਾ ਸੰਗਰੂਰ, ਔਰ ਮੁੱਖ ਮੰਤਰੀ ਸਾਹਿਬ ਦੀ ਆਪਣੀ ਘਰ ਦੀ ਸੀਟ ਹੈ, ਉਹ ਤਾਂ 3 ਮਹੀਨੇ ਬਾਅਦ ਜਿਹੜੀ ਹੈ ਪਾਰਟੀ ਹਾਰ ਗਈ ਸੀ। ਸੋ ਇਸ ਕਰਕੇ ਉਹਨਾਂ ਨੇ ਸੋਚ ਸਮਝ ਕੇ ਉਹ ਚਿਹਰਾ ਚੁਣਿਆ ਸੀ ਜਿਹੜਾ ਉਹਨਾਂ ਦੀ ਨਈਆ ਨੂੰ ਜਿਹੜਾ ਪਾਰ ਲਗਾ ਸਕਦਾ। ਚਲੋ, ਗੱਲ ਹੈ ਕਿ ਹਮੇਸ਼ਾ ਚੰਗੇ ਸਮੇਂ ਦੀ ਕਾਮਨਾ ਕਰਨੀ ਚਾਹੀਦੀ ਹੈ ਔਰ ਅਸੀਂ ਇੱਕ ਦੂਜੇ ਦੇ ਬਿਲਕੁਲ ਨਾਲ ਬਾਂਹ ਜੋੜ ਕੇ ਕੁਰਸੀਆਂ ਤੇ ਬੈਠੇ, ਤੁਹਾਨੂੰ ਕੋਈ ਲੜਾਈ ਨਜ਼ਰ ਆ ਰਹੀ ਕਿਸੇ ਤਰ੍ਹਾਂ ਦੀ ਕੋਈ ਲੜਾਈ ਨਜ਼ਰ ਆ ਰਹੀ ਹੈ? ਦੇਖੋ, ਅੱਜ ਇੱਕ ਫੈਸਲਾ ਇੱਕ ਟਾਈਮ ਤੇ ਲਿਆ ਗਿਆ, ਤਾਂ ਕਿਤੇ ਨਾ ਕਿਤੇ ਤੁਹਾਨੂੰ ਇਸ ਗੱਲ ਦਾ ਯਕੀਨ ਹੋਣਾ ਚਾਹੀਦਾ ਕਿ ਅਸੀਂ ਰਲ ਕੇ ਜਲੰਧਰ ਦੇ ਲੋਕਾਂ ਦੇ ਲਈ ਉਹਨਾਂ ਦੀ ਸੇਵਾ ਕਰਾਂਗੇ।